ਮੈਂ ਲੜਾਈ ਹੁੰਦੀ ਵਾਧੂ ਬਲੌਗ ਬਲੂਕ ਹੋਏ ਤਾਂ ਗਾਲਾਂ ਗੁਲਾਂ ਕੱਢਦੇ ਨੇ ਇੱਕ ਦੂਜੇ ਨੂੰ ਸੱਚੀ ਵਾਧੂ ਹਾਂ ਅਖੀਰਲੀ ਵਾਰ ਅਨਬਲੌਕ ਕਦੋਂ ਹੋਏ ਹੋ ਮੇਰੇ ਖਿਆਲ ਨਾਲ ਲਾਸਟ ਦੋ ਮਹੀਨਾ ਮਹੀਨਾ ਡੇਢ ਮਹੀਨਾ ਹੋਇਆ ਹੋਣਾ ਅਨਬਲੌਕ ਹੋਏ ਮੈਂ ਵੀ ਕਰ ਦਿੰਦਾ ਉਹ ਵੀ ਕਰਦੇ ਹਾਂ ਫਿਰ ਤੂੰ ਫਿਰ ਉਹਨਾਂ ਨੂੰ ਮੈਸੇਜ ਕਰਨਾ ਬਦਤਮੀਜ਼ ਆ ਤੂੰ ਮੈਂ ਨਾ ਠੀਕ ਆ ਤੁਹਾਡੇ ਦੋਸਤੀ ਦੇ ਰਿਸ਼ਤੇ ਨੂੰ ਸਮਝਣਾ ਬਹੁਤ ਵੱਡੀ ਗੱਲ ਨਹੀਂ ਆਮ ਇਨਸਾਨ ਛੋਟੀ ਸੋਚ ਵਾਲੇ ਲੋਕ ਨਹੀਂ ਸਮਝ ਪਾਉਂਦੇ ਲੋਕ ਤੁਹਾਨੂੰ ਬਹੁਤ ਕੁਛ ਬੋਲਣਗੇ ਬਟ ਆਈ ਰੀਅਲੀ ਸਲੂਟ ਸ਼ੇਖਰ ਕਿ ਉਹ ਬੰਦਾ ਇੰਨਾ ਮੇਰੇ ਵਾਂਗੂ ਭਰਾਵਾਂ ਵਾਂਗੂ ਰਹਿੰਦਾ ਉਹ ਤੋ ਇੰਨੀ ਸਾਡੀ ਚੰਗੀ ਦੋਸਤੀ ਆ ਮਤਲਬ ਇਟਸ ਗੁੱਡ ਨਹੀਂ ਬਾਈ ਉਹ ਉਂਝ ਵੀ ਮੁੰਡਾ ਤਗੜਾ ਤਾਂ ਜਦੋਂ ਬਹਿੰਦੇ ਆ ਤਾਂ ਇਹਦਾ ਰੌਣਕ ਹੀ ਬੰਦਾ ਕਾਫੀ ਹਾਂ ਘੈਂਟ ਆਪਣੇ ਨਾਲ ਵਧੀਆ ਹਾਂ ਇਨਸਾਨ ਦੀ ਜ਼ਿੰਦਗੀ 'ਚ ਰਿਸ਼ਤੇ ਅਤੇ ਦੋਸਤੀ ਦੀ ਬਹੁਤ ਵੱਡੀ ਵੈਲਿਊ ਹੁੰਦੀ ਹੈ ਨਾ ਹਰ ਇੱਕ ਇਨਸਾਨ ਇੱਕ ਚੰਗੀ ਥਾਂ 'ਤੇ ਰਿਸ਼ਤਾ ਚੰਗੇ ਇਨਸਾਨ ਨਾਲ ਰਿਸ਼ਤਾ ਬਣਾਉਣਾ ਚਾਹੁੰਦਾ ਮੈਂ ਦੇਖਦਾ ਹੁੰਦਾ ਪਰਸਨਲੀ ਮੈਂ ਕਿਹਾ ਵੀ ਤੁਹਾਡਾ ਰਿਸ਼ਤਾ ਮੈਂਡੀ ਨਾਲ ਬਹੁਤ ਲੋਇਲ ਰਿਹਾ ਉਹ ਵੀ ਤੁਹਾਡੇ ਨਾਲ ਦੋਸਤੀ ਪੱਖੋਂ ਲੋਇਲ ਰਹੇ ਆ ਤੁਸੀਂ ਵੀ ਉਹਨਾਂ ਨਾਲ ਲੋਇਲ ਰਹੇ ਹੋ ਹੈ ਨਾ ਤਾਂ ਕਿਉਂਕਿ ਤੁਹਾਡੀ ਫਿਲਮ ਨੂੰ ਸਪੋਰਟ ਹੋ ਜਾਵੇ ਜ਼ਿੰਦਗੀ 'ਚ ਸਪੋਰਟ ਹੋ ਜਾਵੇ ਮੈਂਡੀ ਨੇ ਤੁਸੀਂ ਦੋਨਾਂ ਨੇ ਆਪਸ 'ਚ ਬਹੁਤ ਦਿਲੋਂ ਕੀਤੀ ਹੈ ਬਾਈ ਇਹ ਰਿਸ਼ਤੇ ਲੱਭਣੇ ਬਹੁਤ ਔਖੇ ਆ ਅੱਜ ਦੇ ਸਮੇਂ 'ਚ ਵੀ ਜਦੋਂ ਤੁਹਾਡੀ ਫਿੱਟ ਹੋਵੇ ਤਾਂ ਬੰਦਾ ਤੁਹਾਨੂੰ ਦਿਲ ਤੋਂ ਸਪੋਰਟ ਕਰੇ ਤਾਂ ਜੋਬਨ ਕਿਵੇਂ ਫੀਲ ਕਰਦਾ ਹੈ ਕਿ ਹਾਂ ਵੀ ਯਾਰ ਰਿਸ਼ਤਾ ਮੇਰੇ ਹਿੱਸੇ ਇੱਕ ਐਸਾ ਆਇਆ ਹੋਇਆ ਜਿਹਨੂੰ ਮੈਂ ਜਿਹੜਾ ਮੈਨੂੰ ਸਦਾ ਬਹਾਰ ਵਾਸਤੇ ਮਿਲਿਆ ਹੈਗਾ ਵੀਰੇ ਇਹਦੇ 'ਚ ਕੋਈ ਦੋ ਰਹਿ ਨਹੀਂ ਹੈਗੀ ਤਾਂ ਮੈਂਡੀ ਆ ਮੈਂਡੀ ਇਜ਼ ਮੋਰ ਦੈਨ ਫੈਮਿਲੀ ਹੈ ਨਾ ਤਾਂ ਉਹ ਅੱਜ ਵੀ ਖੜੀ ਆ ਕੱਲ੍ਹ ਵੀ ਉਹਦੇ ਨਾਲ ਮੈਂ ਵੀ ਖੜਾਂ ਉਹਦੀ ਫੈਮਿਲੀ ਨਾਲ ਮੈਂ ਖੜਾਂ ਹੈ ਨਾ ਆਲਵੇਜ਼ ਸਰ ਮਤਲਬ ਮੈਂ ਗਲੈਡ ਹਾਂ ਮੈਂ ਬਲੈਸਡ ਹਾਂ ਪਰਮਾਤਮਾ ਵੱਲੋਂ ਕਿ ਮੈਨੂੰ ਮੈਂਡੀ ਮੇਰਾ ਇੱਦਾਂ ਦੋਸਤ ਮੇਰੀ ਲਾਈਫ ਦੇ ਵਿੱਚ ਹੈਗਾ ਵੀ ਜਿਹੜਾ ਮਤਲਬ ਚਾਹੇ ਮੈਂ ਕੁਛ ਵੀ ਕਰਾਂ ਉਹ ਉਹਨੇ ਬਸ ਮੇਰੇ ਨਾਲ ਆ ਮੈਂ ਗੱਲ ਖਾਤਾ ਵੀ ਜੋਬਨ ਸਹੀ ਆ ਬਾਕੀ ਉਹਦੀ ਸਿਚੁਏਸ਼ਨ ਹੋਊਗੀ ਉਹਨੂੰ ਸਭ ਪਤਾ ਹੋਊਗਾ ਠੀਕ ਆ ਸੋ ਇਹ ਬਹੁਤ ਰੇਅਰ ਰਿਸ਼ਤੇ ਹੁੰਦੇ ਨੇ ਜ਼ਿੰਦਗੀ ਦੇ ਵਿੱਚ ਮੈਨੂੰ ਨਹੀਂ ਲੱਗਦਾ ਹੈਗਾ ਇਹ ਸੌਖੇ ਮਿਲਦੇ ਨੇ ਪਰ ਜੇ ਤੁਹਾਨੂੰ ਕੋਈ ਵੀ ਦੋਸਤ ਇੱਦਾਂ ਦਾ ਮਿਲਦਾ ਨਾ ਤੁਹਾਡੀ ਲਾਈਫ ਦੇ ਵਿੱਚ ਤਾਂ ਉਹਨੂੰ ਰੱਖ ਲਓ ਲੜਾਈਆਂ ਝਗੜੇ ਹੁੰਦੇ ਨੇ ਪਰ ਐਂਡ ਆਫ ਦਾ ਡੇ ਕਹਿ ਲਓ ਠੀਕ ਆ ਯਾਰ ਆਪਾਂ ਦੋਸਤ ਹਾਂ ਲਾਈਫ ਦੇ ਵਿੱਚ ਹੋਰ ਵੀ ਮੇਰੇ ਦੋਸਤ ਹੈਗੇ ਆ ਅਤੇ ਜਿਹੜੇ ਮੈਂ ਕਦੇ ਨਹੀਂ ਕਹੂੰਗਾ ਮੇਰੀ ਜ਼ਿੰਦਗੀ ਦੂਰ ਜਾਣ ਮੈਂ ਲੜਾਈ ਹੁੰਦੀ ਵਾਧੂ ਬਲੌਗ ਬਲੂਕ ਹੋਏ ਤਾਂ ਗਾਲਾਂ ਗੁਲਾਂ ਕੱਢਦੇ ਨੇ ਇੱਕ ਦੂਜੇ ਨੂੰ ਸੱਚੀ ਵਾਧੂ ਹਾਂ ਅਖੀਰਲੀ ਵਾਰ ਅਨਬਲੌਕ ਕਦੋਂ ਹੋਏ ਹੋ ਮੇਰੇ ਖਿਆਲ ਨਾਲ ਲਾਸਟ ਦੋ ਮਹੀਨਾ ਮਹੀਨਾ ਡੇਢ ਮਹੀਨਾ ਹੋਇਆ ਹੋਣਾ ਅਨਬਲੌਕ ਮੈਂ ਵੀ ਕਰ ਦਿੰਦਾ ਉਹ ਵੀ ਕਰਦੇ ਹਾਂ ਫਿਰ ਤੂੰ ਫਿਰ ਉਹਨਾਂ ਨੂੰ ਮੈਸੇਜ ਕਰਨਾ ਬਦਤਮੀਜ਼ ਆ ਤੂੰ ਮੈਂ ਨਾ ਠੀਕ ਆ ਬਹੁਤ ਹੀ ਸਿਆਣੀ ਮੈਂ ਕਹਿੰਦਾ ਸ਼ੇਖਰ ਵੀ ਕਹਿੰਦਾ ਹੋਣਾ ਕਹਿੰਦਾ ਯਾਰ ਤੂੰ ਕਿਉਂ ਲੜਦੇ ਸ਼ੇਖਰ ਕਹਿੰਦਾ ਹੁੰਦਾ ਵੀ ਆਪਦਾ ਆਪ ਹੀ ਸਮਝੋ ਮੈਨੂੰ ਨਵੇਂ ਚਲਾਓ ਸ਼ੇਖਰ ਇਜ਼ ਵੈਰੀ ਲਾਈਕ ਵੈਰੀ ਘੈਂਟ ਬੰਦਾ ਤਾਂ ਕੋਈ ਇਨਸਾਨ ਨਾ ਤੁਹਾਡੇ ਦੋਸਤੀ ਦੇ ਰਿਸ਼ਤੇ ਨੂੰ ਸਮਝਣਾ ਬਹੁਤ ਵੱਡੀ ਗੱਲ ਨਹੀਂ ਆਮ ਇਨਸਾਨ ਛੋਟੀ ਸੋਚ ਵਾਲੇ ਲੋਕ ਨਹੀਂ ਸਮਝ ਪਾਉਂਦੇ ਲੋਕ ਤੁਹਾਨੂੰ ਬਹੁਤ ਕੁਛ ਬੋਲਣਗੇ ਬਟ ਆਈ ਰੀਅਲੀ ਸਲੂਟ ਸ਼ੇਖਰ ਕਿ ਉਹ ਬੰਦਾ ਇੰਨਾ ਮੇਰੇ ਵਾਂਗੂ ਭਰਾਵਾਂ ਵਾਂਗੂ ਰਹਿੰਦਾ ਉਹ ਤੋ ਇੰਨੀ ਸਾਡੀ ਚੰਗੀ ਦੋਸਤੀ ਆ ਮਤਲਬ ਇਟਸ ਗੁੱਡ ਨਹੀਂ ਬਾਈ ਉਹ ਉਂਝ ਵੀ ਮੁੰਡਾ ਤਗੜਾ ਤਾਂ ਜਦੋਂ ਬਹਿੰਦੇ ਆ ਤਾਂ ਇਹਦਾ ਰੌਣਕ ਹੀ ਬੰਦਾ ਕਾਫੀ ਹਾਂ ਘੈਂਟ ਆਪਣੇ ਨਾਲ ਵਧੀਆ ਹਾਂ